आज इश्तहार किने लवाया? एक अखबार च नहीं, आ दूजी, ए तीजी, ए चौथी, ए की लिखिया इहदे च? कहिंदा साडा काम नहीं बोलदा, साडा काम बोलदा। मैं लवाया जी, मैं लवाया जी इश्तहार? ना भाई, मैं नहीं लवाया। कोई गुस्सा ना कर जे, ये हालात ने इन्हां दे। और इन्हां दा एमएलए केड़ा जी, उहदा की नाम हुणे? ਉਹ ਛੱਡ ਇਹਦਾ ਕਿ ਐਸ ਪੀ ਦਾ ਨਾਂ ਲਈ ਜਾਂਦਾ, ਇਹ ਕਿਹੜੇ ਖੇਤ ਦੀ ਮੁੱਲੀ ਹੈ ਬਲਕਾਰੀ? ਇਹਨੂੰ ਮੈਨੂੰ ਪਤਾ ਇਹਦਾ ਕਿੱਡੇ ਜੋਗਾ ਭਾਈ। ਉਹ ਦੂਜਾ ਇਹਨਾਂ ਦਾ ਐਮ ਐਲ ਏ ਸੁਰਿੰਦਰ ਕੰਬੋਜ, ਵੇਖੋ ਮੈਂ ਇਹ ਨਵਾਂ ਜ਼ਮਾਨਾ, ਵੈਸੇ ਕੋਈ ਗੁੱਸਾ ਨਾ ਕਰ ਦੇ, ਹੈ ਬਦਲਾਅ ਨਾ ਬਦਲਾਅ ਆਉਣਾ ਸੀ, ਆ ਗਿਆ ਭਾਈ ਬਦਲਾਅ। ਉਹਦਾ ਫੜਿਆ ਗਿਆ ਪਿਓ ਕਿਹੜੇ ਕੰਮ ਨੂੰ? ਦੱਸੋ ਕਿਹੜੇ ਕੰਮ ਨੂੰ ਫੜਿਆ ਗਿਆ ਜੀ? ਹੈ ਜੀ, ਦੇ ਵਪਾਰ ਦੇ ਧੰਦੇ 'ਚ ਫੜਿਆ ਗਿਆ। ਅਤੇ ਅੱਗੇ ਉਹ ਜਵਾਬ ਕੀ ਆਉਂਦਾ ਐਮ ਐਲ ਏ ਸਾਹਿਬ ਦਾ? ਕਹਿੰਦਾ ਇਹ ਮੇਰਾ ਪਿਓ ਨਹੀਂ। ਮੈਂ ਕਮਾਲ ਹੋ ਗਈ ਮਿੱਤਰਾ, ਇਹ ਤਾਂ ਸੁਣਿਆ ਕਿ ਪਿਓ ਨੇ ਮੁੰਡੇ ਨੂੰ ਬੇਦਖਲ ਕਰਤਾ। ਜੇ ਪਿਓ ਫੜਿਆ ਗਿਆ, 14 ਪਰਚੇ ਨੇ ਦੋਵਾਂ ਦੇ ਇਕੱਠੇ, ਉਹ ਨਵੀਂ ਗੱਲ ਹੋ ਗਈ ਲੋਕਾਂ ਨੂੰ ਮੂਰਖ ਬਣਾਉਣ ਲਈ। ਕਹਿੰਦਾ ਮੈਂ ਆਪਦਾ ਪਿਓ ਖੜਤਾ। ਭਾਈ ਮੁੰਡੇ ਨੂੰ ਤਾਂ ਬੇਦਖਲ ਹੁੰਦੇ ਸੁਣਿਆ, ਪਹਿਲੀ ਵਾਰੀ ਸੁਣ ਲਿਆ ਪਿਓ ਬੇਦਖਲ ਕਰਤਾ, ਇਹ ਤਾਂ ਮਤਲਬ ਬਹੁਤ ਡੂੰਘੇ ਨੇ। ਮੈਂ ਉਸ ਪਾਸੇ ਨਹੀਂ ਜਾਂਦਾ, ਮਗਰ ਮੈਨੂੰ ਇਹ ਤਾਂ ਦੱਸੋ ਜੇ ਪਿਓ ਬੇਦਖਲ ਕਰਤਾ ਸੀ ਤਾਂ 26 ਜਨਵਰੀ ਦੇ ਪ੍ਰੋਗਰਾਮ 'ਤੇ ਹਰਜੋਤ ਬੈਂਚ ਨਾਲ ਦੋਵੇਂ ਪਿਓ ਪੁੱਤ ਕਿਉਂ ਘਸ ਘਸ ਕੇ ਬੈਠਦੇ ਸੀ ਫਿਰ ਉੱਥੇ? ਕਿਉਂ ਲੋਕਾਂ ਦਾ ਮੂਰਖ ਬਣਾਉਂਦੇ ਹੋ ਤੁਸੀਂ? ਭਾਈ ਇੰਨਾ ਗੱਲ ਕੀ ਅੱਜ ਨੁਕਸਾਨ ਹੋ ਰਿਹਾ? ਅੱਜ ਜਲੰਧਰ ਦਾ ਇੱਕ ਐਮ ਐਲ ਏ ਆ, ਮੈਂ ਇਹਦੀ ਇੰਟਰੋਡਕਸ਼ਨ ਲਈ 14 ਪਰਚੇ। ਚਲੋ ਮੈਂ ਇਹ ਗੱਲਾਂ 'ਚ ਨਹੀਂ ਜਾਂਦਾ, ਮੈਂ ਤਾਂ ਅਖੀਰਲੀ ਗੱਲ ਕਰਦਾ। ਆ ਲਾਲਾ ਜੀ ਆਏ ਸੀ ਦਿੱਲੀਓ, ਲਾਲਾ ਜੀ ਦਾ ਮਤਲਬ ਤਾਂ ਸਮਝਦੇ ਹੋ ਨਾ, ਕੇਜਰੀਵਾਲ। ਇੱਕ ਗਰੰਟੀ ਦੇ ਕੇ ਗਿਆ ਸੀ ਦੁਆਬੇ ਵਾਲਿਆਂ ਨੂੰ, ਕਹਿੰਦਾ ਜੀ ਸਰਕਾਰ ਬਣਾ ਦਿਓ ਅਤੇ ਡਿਪਟੀ ਚੀਫ ਮਿਨਿਸਟਰ ਦਲਿਤ ਭਰਾਵਾਂ ਤੋਂ ਬਣਾਵਾਂਗਾ। ਕਿਹਾ ਸੀ ਕਿ ਨਹੀਂ ਕਿਹਾ ਸੀ? ਭਾਈ ਦਿੱਲੀ 'ਤੇ ਤਾਂ ਅੱਜ ਤੱਕ ਨਹੀਂ ਬਣਾਇਆ। ਦਿੱਲੀ 'ਚ ਤਾਂ ਪੱਗ ਵਾਲੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਕੈਬਨਿਟ 'ਚ। ਦਲਿਤ ਭਰਾ ਤਾਂ ਕੀ ਬਣਾਉਣਾ ਸੀ? ਆ ਪੰਜਾਬ 'ਚ ਦਲਿਤ ਭਰਾ ਡਿਪਟੀ ਸੀਐਮ ਤਾਂ ਕੀ ਬਣਾਉਣਾ ਸੀ? ਹਾਈ ਕੋਰਟ 'ਚ ਵਕੀਲ ਲੱਗਣੇ ਸੀ ਸਰਕਾਰੀ, ਉਹਨਾਂ ਦੇ ਉਲਟ ਜਾ ਕੇ ਐਫੀਡੇਵਿਟ ਦੇ ਦਿੱਤਾ ਕਿ ਇਹਦੇ 'ਚ ਰੈਜ਼ਰਵੇਸ਼ਨ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਅਕਲ ਵਾਲਾ ਕੰਮ ਹੈ। ਕਹਿਣ ਦਾ ਭਾਵ ਕਿ ਕੀ ਦਲਿਤ ਭਰਾਵਾਂ 'ਚ ਅਕਲ ਘੱਟ ਹੈ ਕਿ ਤੂੰ ਜਾ ਕੇ ਉਲਟ ਇਹਨਾਂ ਦੇ ਬਿਆਨ ਦੇ ਦਿੱਤਾ? ਔਰ ਇਕੱਲੀ ਇਹ ਗੱਲ ਹੀ, 7 ਐਮ ਪੀ ਬਣੇ, ਰੌਲਾ ਪਿਆ ਕਿ ਪੈਸੇ ਲੈ ਕੇ ਬਣਾ ਤੇ, ਬਾਹਰਲੇ ਬਣਾ ਤੇ, ਮਗਰ 3 ਕਰੋੜ ਆਬਾਦੀ 'ਚੋਂ 1.25 ਕਰੋੜ ਐਸ ਸੀ ਭਾਈਚਾਰੇ 'ਚੋਂ ਇਹਨੂੰ ਇੱਕ ਕਾਬਲ ਐਸ ਸੀ ਭਾਈਚਾਰੇ ਦਾ ਬੰਦਾ ਨਹੀਂ ਮਿਲਿਆ ਜਿਹਨੂੰ ਇਹ ਮੈਂਬਰ ਪਾਰਲੀਮੈਂਟ ਬਣਾ ਦੇਵੇ। ਦੱਸੋ ਇਹਨਾਂ ਦਾ ਕੰਮ ਬੋਲਦਾ ਕੀ ਬੋਲਦਾ ਇਹਨਾਂ ਦਾ? ਭਾਈ ਬਚ ਜਾਓ ਇਹਨਾਂ ਕੋਲੋਂ, ਸਵਾਰੀ ਆਪਦੇ ਸਮਾਨ ਲਈ ਆਪ ਜ਼ਿੰਮੇਵਾਰ ਹੁੰਦੀ ਹੈ, ਨੁਕਸਾਨ ਕਿਹਦਾ ਹੋਣਾ? ਭਗਵੰਤ ਮਾਨ ਝੰਡਾ ਤਾਂ ਚੜ੍ਹ ਗਿਆ ਜਾਜੀ, ਉਹ ਤਾਂ ਦੇ ਗੇੜੇ ਕਦੇ ਐਨੂੰ, ਦੇ ਗੇੜੇ ਕਦੇ ਉਹਨੂੰ। ਭਾਈ ਆਪਾਂ ਤਾਂ ਉੱਥੇ ਫਿਰਦੇ ਹਾਂ। ਮਿਲ ਗਿਆ ਜੀ ਫਿਰ ਜੋ ਜੋ ਗਰੰਟੀਆਂ ਦਿੱਤੀਆਂ ਸੀ, ਕੁਛ ਨਹੀਂ ਬਣਨਾ। ਇਸ ਲਈ ਤੁਹਾਨੂੰ ਸਭ ਨੂੰ ਬੇਨਤੀ ਆ, ਜੇ ਮੌਕਾ ਆਇਆ ਨਾ ਇਕੱਲਾ ਟੀ ਟੀ ਕਰਾਉਣੀ ਆ, ਆ 10 ਤਰੀਕ ਨੂੰ ਕਰਾ ਦਿਓ ਟੀ ਟੀ ਅਤੇ ਟੀ ਟੀ। ਮੈਨੂੰ ਲੱਗਦਾ ਮਾਹੌਲ ਇਹ ਜਿਹਾ ਬਣਿਆ, ਡਾਕਟਰ ਜੀ, ਇਹ ਡਾਕਟਰ ਸਾਹਿਬ, ਇਹ ਸੁੱਖੀ ਜੀ ਬਾਬਾ ਛਲਾਵਾਂ ਬਾਅਦ 'ਚ ਕਰ ਲਿਓ, ਇਹ ਹਾਲਾਤ ਇਹ ਬਣੇ। ਮੈਨੂੰ ਲੱਗਦਾ ਜੋ ਲੋਕਾਂ ਦਾ ਮਨ ਬਣਿਆ, ਇੱਥੋਂ ਠੋਕ ਵਜਾ ਕੇ ਕਰਤਾਰਪੁਰ ਕਾਂਸਟੀਟੂਐਂਸੀ ਤੁਹਾਨੂੰ ਜਿਤਾ ਕੇ ਭੇਜਾਂਗੇ। ਔਰ ਨਾ ਕੇਵਲ ਕਰਤਾਰਪੁਰ, ਜੋ ਪਿੰਡਾਂ ਦਾ ਮਾਹੌਲ ਬਣਿਆ ਲੋਕਾਂ ਨੇ ਆਪ ਦਾ ਤਾਂ ਉਹ ਹਾਲ ਕਰਨਾ, ਝਾੜੂ ਤੀਲਾ ਤੀਲਾ ਕਰਕੇ ਦੇਣਾ ਜਿਹੜੇ ਲੋਕਾਂ ਨੇ ਝੂਠ ਮਾਰਿਆ ਸੀ ਇਹਨਾਂ ਨੂੰ, ਦਲਿਤ ਭਰਾਵਾਂ ਦਾ ਅਪਮਾਨ ਕੀਤਾ। ਔਰ ਅੱਜ ਤੁਹਾਡੇ ਪੱਗ ਵਾਲੇ, ਮੈਂ ਹੈਰਾਨ ਹੋ ਜਾਂਦਾ, ਮੇਰੇ ਕੋਲ ਆ ਕੇ ਜਦ ਗੁਰਦੀਪ ਸਿੰਘ ਤੁਸੀਂ ਤਾਂ ਤਗੜੇ ਬੰਦੇ ਹੋ, ਕੋਈ ਮੈਨੂੰ ਕਹਿੰਦਾ ਜੀ ਬਲਕਾਰ 'ਚੋਂ ਪਰਚਾ ਦੇ ਦੂ। ਉਹ ਦੱਸੋ ਪੰਜਾਬੀਆਂ ਦੀ ਪਛਾਣ ਕੀ ਆ ਭਾਈ? ਕੀ ਪਛਾਣ ਆ ਸਾਡੇ ਪੰਜਾਬੀਆਂ ਦੀ? ਆਬਾਦੀ ਨਹੀਂ ਤੁਹਾਡੀ, 2% ਆਬਾਦੀ ਹੈ ਇਕੱਲੀ, ਮਗਰ ਤੁਹਾਡੀ ਪਛਾਣ ਇਸ ਗੱਲ ਦੀ ਹੈ ਕਿ ਜਿੱਥੇ ਲੱਤ ਗੱਡ ਦੀ ਫਿਰ ਹਨੇਰੀ ਆਵੇ, ਝੱਕੜ ਆਵੇ,
फिर बंदा पिछे नहीं पंजाबी हटदा। 97% कुर्बानियां, 90% काले पानी की सजावा। तो मैनू जब आके कोई कहिंदा कि बलकार सिंह दबके मारदा जी परचा दर्ज करा दू, वो बलकार सिंह ना मजबूर कर, तैनू SP USP मैं ही मेरे को आ जाते सी, मैं भी लवा रहा तैनू, बंदा बन जा बंदा, वोटा मंग जिहड़ियां मंगणियां ने वो तेरा अधिकार है, सत्कार है तेरा, हर लोकतंत्र च हर बंदे नू अधिकार है। मगर जे लोकां नू डराएगा तबकाएगा मजबूर करेगा तो फिर ऐसी तैसी तेरी भी फेरांगे, तेरा भी दसांगे कितों तू पैसे लेंदे रहा, किवें तेरिया कोठियां बन गई ने एडिया, ते तेरी इनक्वायरियां ना हो जा, और मेरे वीरों परचों तो ना डरियो, की हो जू मेरे ते भी दिता, मैं भी 6 महीने ला के आया, मौज लड़ गया, मौज ना ला के आया, इतना मुछा वट दे के निकलिया, ही चन्नी आंगू नहीं पी पी करी जाता, दस की हो गया फिर मामा हीर दिया, तू भी परचा दास से दिता सी, अही तो इन्हें चीका नहीं मारी, तू कद नहीं मारी जन्ना, मैं तो आख्या चन्नी नू कोई ना तू मैं देता कुछ ना, मेरा वीर जे तेरा वाहवा दिल धड़कू धड़कू करता मैं तेन नाल लैके जाऊँ, इतना गो है जिथे चलेंगे चलूंगा नाल तेरे, तू फिक्र ना करी, दिल ना छड़ भाई, तगड़ा होके लड़ाई लड़, लड़ाई लड़िया तो पंजाबियों का मुल पैंदा, ऐ तो सारे फिर जे हवा के बुले नाल ही उड्डन वाले होंगे तो पंजाबियों का मुल नहीं पैंदा, इसलिए तगड़े हो जाओ। बलकार सिंह जब कहिंदा ना परचा देना, कहिंदा एक ना दई दो दही भाजी टका के मोड़ांगे तेनू, इतों ही भजावे इनू, इसे पठानकोट की GT रोड से इनू राह नहीं छड़ते फिर। और मैं कहना बलकार सिंह तू छड़ इन्हां दे परचे देने, मैं तो तेरे केजरीवाल नू भी कहा सीगा, हुण मैं गल दबाऊ रहा, दबाऊ डराउणी नहीं अहंकार वाली हो जाती, जा तू इन्हां नू छड़ जिहड़ा परचा देना मजीठिए दे दे सवेरे फिरदा इत्थे ते दे दी परचा, नहीं तो यह ना हो तेरे तो दिता ना जाए, फिर तेरे पुठे कारनामे दे लोगों ने जरूर परचे दवा देने। इसलिए मैं ये जी राजनीति का हमदर्दी नहीं, मगर जेड़े पिंड जाइदा उत्थे दबा दी राजनीति करदे, क्यों करदे पता, कम तो किया कोई नहीं, चंगे कम किए होंगे तो लोगों ने तो प्यार नाल ही वोटा दे देनी सी, कम किया कोई नहीं, हुण डरा के दबका के जोर नाल घबराहट च वोटा लैन नूं फिरदे आ, पायो ना बेले करके भेजो, भुलेखे नाल बन गए मगर हुण सुरत नाल ला जरूर दिओ, ते जे ना लाए ना फिर जुत्तियां अपने वजनियां, फिर NSA भी लगनी है, और भाजपा तो इन्हों का गठजोड़ वेख लो कहे जाए, रल के लाउंदे NSA, होम मिनिस्टर वधाई दिंदा भाजपा का कि बहुत चंगा काम किया पग वालिआं दे, NSA लाती, ते जदों जेल च भेजना, जेल कहड़ी च भेजदे जिथे भाजपा का राज है, जे आनंदपुर साहब का रेजोल्यूशन की गल करते हैं तो उहदा विरोध करदे आ, आनंदपुर साहब का रेजोल्यूशन की सी, जिहड़ा लोक सभा च ते राज्य सभा च पास होया सी, वध अधिकारां दी गल कीती गई सी सूबिआं च, होर कुछ नहीं, रल के उहदा विरोध करदे आ भाई, रल के खेडण वालिआं तों भी बच जिओ। अज किसानी दे मुद्दे ते की कहिंदा सी झंडा कि गदावरी मगरों हो जू, पैसे पहलां आ जाणगे, आ गए जी पैसे पहलां, फिर हर गल की झूठ का प्रसारा, बच जो 750 करोड़ इश्तहार ते खर्चा 14 महीनों च, लोगों को कख नहीं दिता, इसलिए थोड़ा ये समा जाग के होश च तगड़े होके तकड़ी नू मोहरा ला दिओ, डॉक्टर सुखी जी की जित च इस इलाके की जित लिखी है, थोड़ा सब का बहुत बहुत धन्यवाद, वाहेगुरू जी का खालसा, वाहेगुरू जी की फतेह।